ਬਾਈ ਆਹ ਪੰਗਾ ਸੁਪਰ ਸੀਡਰਾਂ ਦਾ ਹੈ ਬਾਈ, ਕਿਆ ਕਰੂ ਬੰਦਾ, ਇਹਦਾ ਇਹਦਾ ਵੇਟ ਵੂਟ ਪਾਉਣਾ ਪੈਣਾ ਇਹਨੂੰ। ਟਰੈਕਟਰ ਬਾਈ ਲਿਫਟ ਪੂਰੀ ਚੱਕਦਾ ਸਭੇ, ਉਹ ਥੋੜ੍ਹੀ ਚੱਕ ਥੋੜ੍ਹੀ ਥੋੜ੍ਹੀ ਬਾਈ ਬਾਈ ਬੈਠੇ ਮੂਹਰੇ ਬਾਈ। ਸਤਿ ਸ਼੍ਰੀ ਅਕਾਲ ਮਿੱਤਰੋ, ਸਵਾਗਤ ਹੈ ਜੀ ਨਵੇਂ ਬਲੌਗ ਚ। ਹੋਰ ਸਭੇ ਵੀਰੇ ਸਾਰਿਆਂ ਸਤਿ ਸ਼੍ਰੀ ਅਕਾਲ, ਕਿਹਾਂ ਵੀਰਾਂ ਨੂੰ ਠੀਕ ਆ ਬਾਈ? ਹਾਂ ਬਾਈ ਠੀਕ ਹੈ। ਅੱਜ ਕੈਮ ਤਾਂ ਨਹੀਂ ਹੋਇਆ ਪਹਿਲਾਂ ਐ ਦੱਸ। ਨਹੀਂ ਨਹੀਂ ਹੈਗੇ ਨਹੀਂ, ਤਾਂ ਫਿਰ ਕੰਮੇ ਬਹੁਤ ਆ ਫਿਰ। ਅੱਛਾ ਹਜੇ ਹੋਊਗਾ ਫਿਰ? ਨਹੀਂ ਹੋਊਗਾ, ਹੁਣ ਹੋਣੂਗੇ ਵਿਹਲੇ ਹੋ ਗਏ। ਅੱਛਾ ਹੋਰ ਆ ਜਾ ਉਹਨਾਂ ਨੂੰ ਠੀਕ ਆ ਬਾਈ। ਬਾਈ ਨਾਲ ਅੱਜ ਦਿੱਤਾ ਟਰੈਕਟਰ 75 HP ਵਾਲਾ, DI 75, ਇੱਕ ਸਾਡੇ ਵੀ ਖੜਾ ਹੈ ਆਪਣੀ ਏਜੰਸੀ ਦੇ ਵਿੱਚ, DI 65 ਆ, ਇਹ DI 75 CRD ਇੰਜਨ ਦੇ ਵਿੱਚ। ਅਬੇ ਦੇਖਦਾ ਸਹੀ ਕਿੱਡਾ ਟਰੈਕਟਰ ਆ ਯਾਰ, ਜਹਾਜ਼ ਵਰਗਾ। ਇਹਨੇ ਕਿਹਾ ਲੈਣਾ ਯਾਰ, ਮੂਹਰੇ ਵੇਟ ਦਾ ਦੇਖ, ਮੂਹਰੇ ਵੇਟ ਕਿੰਨੇ ਪਏ ਹੋਏ, ਮੂਹਰੇ ਵੇਟ ਵੀ ਆ, ਹਿੱਸਾ ਵੀ ਭਾਰੀ ਵੀਰੇ ਮੁਰਲਾ। 1, 2, 3, 4, 5, 35 ਕਿਲੋ ਦੀ ਪਲੇਟ ਆ ਇੱਕ ਨਾ, 30 ਕਿਲੋ ਦੀ। ਬਾਕੀ ਬਾਈ ਟਰੈਕਟਰ ਚੱਲਿਆ ਸਾਡੇ ਇੱਧਰ ਰੋਪੜ ਦੇ ਲੋਕਲ, ਅਤੇ 8 ਫੁੱਟ ਹੈ ਬਾਈ, 8 ਫੁੱਟ ਹੈ ਬਾਈ, ਚੱਲਦਾ ਸਾਡੇ ਏਰੀਏ 'ਚ। ਵੈਸੇ ਤਾਂ ਬੜੇ ਵੀ ਹੈ ਪਰ 8 ਫੁੱਟ ਜ਼ਿਆਦਾ ਵਧੀਆ ਰਹਿੰਦਾ ਬਾਈ, ਕਿਸੇ ਹੋਰ ਟਰੈਕਟਰ ਨਾਲ ਵੀ ਕੱਲ੍ਹ ਨੂੰ ਚਲਾਉਣਾ ਪੈ ਗਿਆ ਉਹ ਵੀ ਵਧੀਆ ਚੱਲ ਜਾਣਾ। ਠੀਕ ਹੈ ਜੀ, ਕਰਤੀ ਤਿਆਰੀ ਬਾਰੀ ਸਾਰੀ ਬਾਈ? ਹਾਂ ਬਾਈ, ਫਿਰ ਚਾਰ ਸੱਬੇ ਬਾਈ ਇਹਨਾਂ ਨੇ ਧੋਤਾ ਬਾਈ, ਠੀਕ ਹੈ, ਧੋ ਕੇ ਐਨ ਬਣਾ ਤਾ, ਟਿਚਨ ਕਰਤਾ ਬਾਈ, ਕਹਿੰਦਾ ਸਿਰਫ ਸਟਿੱਕਰ ਲੈ ਗਏ ਰਾਉਣ ਨੂੰ। ਸਾਡਾ ਜਸ਼ਨ ਬਾਈ ਹੈ, ਤਾਂ ਆਹ ਮੁੰਡਾ ਥੋੜ੍ਹਾ ਸ਼ਰਮਦਾ ਬਾਈ ਵੀਡੀਓ 'ਚ ਆਉਣ 'ਤੇ, ਇਹਦੇ ਨਾਲ ਵੀ ਥੋੜ੍ਹੀ ਕਰਾਉਂਦੇ ਮੁਲਾਕਾਤ। ਅਬੇ ਕਿਆ ਮਸਲਾ ਪੈ ਗਿਆ ਬਾਈ? ਤਵੀ ਲੱਗਦੀ ਨਾਲ, ਤਵੀ? ਅੱਛਾ ਸੈੱਟ ਕਰਨੀ ਪੈਂਦੀ ਪਤਾ ਕਿ ਤੂੰ? ਅੱਛਾ ਨਹੀਂ ਕਰਤਾ ਦਿੰਦੇ ਉਹਦੇ ਨਾਲ ਹਿਸਾਬ ਨਾਲ? ਅੱਛਾ ਪਰ ਅਸਲ ਮਾ ਜਾ ਟਰੈਕਟਰ ਹੁੰਦਾ ਨਾ ਜਦੇ ਕਰਨੀ ਹੈ। ਹਾਂ ਬਾਈ ਜੱਤੇ ਪਹਿਲੇ ਕਰਾਉਂਦਾ, ਸਹੀ ਗੱਲ ਹੋ ਜਾਂਦੀ ਹੈ ਬਾਈ। ਆ ਤਵੀ? ਅੱਛਾ ਨਾ ਹੁਣ ਤੁਸੀਂ ਬਾਹਰ ਕੱਢੀ ਆ? ਬਾਹਰ ਕੱਢੀ ਹੈ। ਅੱਛਾ ਤੇ ਨਾਲ ਲੱਗਣ ਲੱਗੀ ਤੇ ਨਾਲ ਤਾਂ ਸਜਣੀ? ਠੀਕ ਆ ਬਾਈ, ਠੀਕ ਆ, ਇਹ ਥੜੀ ਜਦੇ ਸੈਟਿੰਗ ਕਰਨੀ ਚਾਹੀਦੀ ਹੈ। ਠੀਕ ਹੈ, ਨਾਲ ਹੀ ਨਾਲੇ ਬਾਈ ਜੱਤੇ ਪਹਿਲੇ ਕਰਾਉਂਦਾ। ਚੱਲ ਕੋਈ ਗੱਲ, ਸਾਨੇ ਮਨ ਕੋਈ ਹੋਣੀ ਨਹੀਂ ਹੈ, ਕਹਿੰਦੇ ਵੀ ਚੱਲ ਆਓ ਗੱਲ ਠੀਕ ਆ, ਨਿਬੜ ਜਾਂਦਾ ਅਸਲ 'ਚ, ਉੱਪਰ ਚੱਕ ਕੇ ਫਿਰ ਪਤਾ ਲੱਗਦਾ। ਅਸਲ ਘੁੰਮਣਾ ਜੇ ਮਤਲਬ ਕਿ ਤਵੀ ਬਲੇਡਾਂ ਦੇ ਅਲਾਈਨਮੈਂਟ 'ਚ ਆਉਂਦੀ ਆ ਫਿਰ ਨਾਲ ਟੱਚ ਕਰਦੀ ਆ, ਨਾਲ ਲੱਗਣ ਲੱਗੀ ਪਿੱਛੇ ਹਟ ਗਈ। ਹਾਂ ਪਿੱਛੇ ਹਟ ਗਈ, ਠੀਕ ਹੈ ਗੱਲ ਬਾਈ। ਬਾਈ ਦੋਵਾਂ ਸਾਈਡਾਂ 'ਤੇ ਚੱਲ ਰਹੇ ਹਾਂ ਫਿਲਹਾਲ, ਤਾਂ ਘੱਟ ਚੱਕਰਾਂ 'ਤੇ ਚਲਾਇਆ ਹੋਇਆ ਅਤੇ ਆਹ ਬਾਈ ਕੰਪਨੀ ਨੇ ਚਾਰਟ ਲਾਇਆ ਹੋਇਆ। ਆਹ ਇੱਧਰ ਬੀਜ ਵਾਲਾ ਹੈ, ਠੀਕ ਹੈ ਜੀ, ਇਹ ਹੈਗਾ ਇਹ ਖਾਦ ਵਾਲਾ, ਸਾਰਾ ਚਾਰਟ ਲੱਗਿਆ ਨੰਬਰਿੰਗ ਕਰੀ ਹੋਈ ਆ, ਇਹਦੇ ਆਪਾਂ ਜੇ ਇੱਥੇ ਕਰਦੇ ਹਾਂ ਉਹ ਹਿਸਾਬ ਨਾਲ ਖਾਦ ਗਿਰਦੀ ਆ, ਠੀਕ ਹੈ ਜੀ। ਲਓ ਜੀ ਬਾਈ ਡਿਲੀਵਰੀ ਦੇਣ ਲੱਗੇ ਹਾਂ ਜੀ, ਠੀਕ ਹੈ ਜੀ, ਸਭੇ ਬਾਈ ਨੇ ਦਿੱਤੀ ਡਿਲੀਵਰੀ ਅੱਜ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰੇ, ਹੋਰ ਠੀਕ ਹੈ ਜੀ? ਹਾਂਜੀ ਹਾਂਜੀ ਬਹੁਤ ਵਧੀਆ, ਦੇ ਤਾਂ ਇੱਕ ਹੋਰ ਹੈ ਜੀ? ਹਾਂਜੀ ਹਾਂ, ਤਕਰੀਬਨ ਵੀਰੇ ਜਾਈ ਜਾਂਦੇ ਜੀ, ਠੀਕ ਹੈ। ਇਹ ਕਿਹੜੇ ਪਿੰਡ ਚੱਲਿਆ ਬਾਈ ਆਪਣਾ? ਇਹ ਚੱਲਿਆ ਆਲੋਵਾਲ, ਇੱਧਰ ਆਪਣੇ ਅਨੰਦਪੁਰ ਸਾਹਿਬ। ਅੱਛਾ ਅਨੰਦਪੁਰ ਸਾਹਿਬ, ਠੀਕ ਹੈ ਬਾਈ। ਵੈਸੇ ਇਹਦੇ ਨਾਲ ਤਾਂ ਬਾਈ ਹੋਰ ਵੀ ਬੜਾ ਚੱਲਣਾ, ਮਤਲਬ 8 ਫੁੱਟਾ ਠੀਕ ਹੈ, ਬਹੁਤ ਠੀਕ ਆ, ਰੈਲੇ ਚੱਲਦੇ ਨੇ ਬਾਈ, ਬਹੁਤ ਵਧੀਆ, ਠੀਕ ਹੈ ਜੀ, ਬਹੁਤ ਸਫਾਈ ਬਹੁਤ ਆਪਣੇ। ਅੱਛਾ ਜੀ, ਠੀਕ ਹੈ ਬਾਈ। ਅਤੇ ਸਾਡੇ ਬਾਈ ਅਨੰਦਪੁਰ ਸਾਹਿਬ ਏਰੀਏ ਦੇ ਵਿੱਚ ਚੱਲਿਆ ਜੀ ਬਾਈ, ਕਹਿੰਦਾ ਅਤੇ ਬਾਕੀ 2-3 ਪੀਸ ਹੋਰ ਵੀ ਬਾਈ ਕਹਿੰਦਾ, ਇੱਕ ਸ਼ਾਇਦ ਹੋਰ ਦੇਣਾ ਬਾਈ, ਹੋਰ ਦੇਣਾ ਅੱਜ ਇੱਕ? ਹਾਂ ਇੱਕ ਹੋਰ ਦੇਣਾ ਬਾਈ, ਆਪਾਂ ਇੱਧਰ ਮਰੰਡੇ ਕੋਲੇ ਦੇਣਾ। ਅੱਛਾ ਮਰੰਡੇ ਕੋਲ, ਠੀਕ ਹੈ, ਕੋਲੇ ਦੇਣਾ ਤੇ ਇੱਕ ਬਾਈ ਉਹਦਾ ਮੈਂ ਨਾ ਵੀਰ ਜਿਹੜਾ ਨਾਲ ਆ ਉਹਨਾਂ ਨੇ ਆਪਾਂ ਤੋਂ ਲਿਆ ਹੋਇਆ ਪਹਿਲਾਂ ਵੀ ਹੈ ਨਾ ਰਿਸ਼ਤੇ, ਉਹਨੂੰ ਜਾਣ ਪਛਾਣ। ਹਾਂ ਹਾਂ,
ਉਹਨਾਂ ਨੇ ਲਿਆ ਹੈ ਉਹੀ ਦਵਾ ਕੇ ਲੈ ਜੀ ਤਾਂ ਦੇਣੇ ਅੱਛਾ ਉਹਦਾ ਕੋਈ ਜਾਣ ਪਛਾਣ ਆ ਹਾਂਜੀ ਅੱਛਾ ਉਹ ਬਾਈ ਮੇਰੇ ਸਾਲ ਤਾਂ ਮਰੰਡੇ ਕੋਲ ਦਾ ਨਹੀਂ ਹੈਗਾ ਜੀ ਬਾਈ ਨੇ ਇਹ ਤਾਂ ਬਾਈ ਦਾ ਮਰੰਡੇ ਕੋਲੇ ਪਿੰਡ ਆ ਅੱਛਾ ਜੀ ਇਹਨਾਂ ਦੀ ਬਾਈ ਉਹਨਾਂ ਦੀ ਰਿਸ਼ਤੇਦਾਰੀ ਇੱਧਰ ਨਾਲ ਅੱਛਾ 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 ਰਿਸ਼ਤੇਦਾਰੀ ਪੈਂਦੀ ਆ ਠੀਕ ਆ ਓਕੇ ਲੋ ਜੀ ਬਾਈ ਆਹ ਵੀ ਇਹਨਾਂ ਹੀ ਪਹਿਲਾਂ ਲੈ ਕੇ ਗਏ ਸੀ ਆਪਾਂ ਤੋਂ ਅਤੇ ਬਾਈ ਇਹਨਾਂ ਨੇ ਦਵਾਇਆ ਆਪਣੇ ਰਿਸ਼ਤੇਦਾਰਾਂ ਨੂੰ ਲੋ ਜੀ ਬਾਈ ਲਿਆ ਆਪਣਾ ਸੁਪਰ ਸੀਡਰ ਇਹ ਬਾਈ ਡੀ ਆਈ 75 ਇੱਕ ਇਹਦੇ 'ਚ 90 ਪਾਵਰ ਦਾ ਵੀ ਆਉਂਦਾ ਸੋਨਾਲੀਕਾ 'ਚ 65 ਇਹ ਟਾਈਗਰ ਵੈਸੇ ਤਾਂ ਟਰੈਕਟਰ ਸਾਰੇ ਇੱਕੋ ਜਿਹੇ ਨੇ ਪਰ ਇਹਨਾਂ ਨੇ ਮਾਡਲ ਅਲੱਗ ਅਲੱਗ ਬਣਾਏ ਹੋਏ ਨੇ ਬਾਈ ਸੀ ਆਰ ਡੀ ਆ ਟਰੈਕਟਰ ਦੀ ਆਵਾਜ਼ 'ਚ ਬਹੁਤ ਫਰਕ ਆ ਬਾਈ ਆਵਾਜ਼ ਬਹੁਤ ਸੋਹਣੀ ਇਹਨਾਂ ਦੀ ਘੈਂਟ ਆਵਾਜ਼ ਆ ਪਿਆਰੀ ਜੀ ਬਾਕੀ ਬਾਈ ਜਿਵੇਂ ਜਿਵੇਂ ਸੈਂਕਸ਼ਨ ਲੈਟਰ ਨਿਕਲ ਹੀ ਆਉਂਦੇ ਉਵੇਂ ਉਵੇਂ ਸਬਸਿਡੀਆਂ ਮਿਲੀਆਂ ਨਹੀਂ ਹਜੇ ਹੋਰ ਲਿਸਟਾਂ ਨਿਕਲਣੀਆਂ ਹੈ ਜਾਣੀ ਕਿ 100-150-70 ਬੰਦਿਆਂ ਦੀ ਕਰਕੇ ਲਿਸਟ ਦੇ ਵਿੱਚ ਕੱਢ ਰਹੇ ਹਾਂ ਮਤਲਬ ਕਿ ਲਗਭਗ ਜਿਨ੍ਹਾਂ ਨੇ ਸੁਪਰ ਸੀਡ ਨੇ ਸਬਸਿਡੀ ਭਰੀ ਹੋਈ ਦੀ ਸਭ ਨੂੰ ਹੀ ਮਿਲ ਜਾਣੇ ਬਾਈ ਠੀਕ ਹੈ ਜੀ ਕੋਈ ਟੈਨਸ਼ਨ ਉਹ ਨਾ ਲਿਓ ਵੀ ਸਾਡੀ ਨਿਕਲੀ ਨਹੀਂ ਜਿਨ੍ਹਾਂ ਨੇ ਭਰੀ ਹੋਈ ਆ ਸਭ ਨੂੰ ਮਿਲੂਗੀ ਕੋਈ ਰਹਿੰਦਾ ਨਹੀਂ ਹੈਗਾ ਇਹ ਗੱਲ ਦੀ ਗਰੰਟੀ ਆ ਠੀਕ ਹੈ ਜੀ ਅਤੇ ਬਾਈ ਇੱਕ ਸੁਪਰ ਸੀਡਰਾਂ 'ਚ ਹੋਰ ਚੱਲਿਆ ਇਹਦੀ ਆਪਾਂ ਨੇ ਡਿਲੀਵਰੀ ਕਰਕੇ ਆਉਣੀ ਆ ਬਾਈ ਘਰ ਇੱਧਰ ਪਤੰਦਰ ਪੈਰ ਚੱਕ ਗਿਆ ਪਹਿਲਾਂ ਹੀ ਚੱਕਦਾ ਸਹੀ ਉਹਨੂੰ ਬਾਈ ਆਹ ਪੰਗਾ ਸੁਪਰ ਸੀਡਰਾਂ ਦਾ ਹੈ ਬਾਈ ਕਿਆ ਕਰੂ ਬੰਦਾ ਇਹਦਾ ਇਹਦਾ ਵੇਟ ਵੂਟ ਪਾਉਣਾ ਪੈਣਾ ਇਹਨੂੰ ਟਰੈਕਟਰ ਬਾਈ ਲਿਫਟ ਪੂਰੀ ਚੱਕਦਾ ਸੱਬੇ ਉਹ ਥੋੜ੍ਹੀ ਚੱਕ ਥੋੜ੍ਹੀ ਥੋੜ੍ਹੀ ਬਾਈ ਬਾਈ ਬੈਠਿਆ ਮੂਹਰੇ ਬਾਈ ਇਹ ਟਰੈਕਟਰ ਆਪਣੇ ਆ ਬਾਈ ਆਪਣੇ ਕੋਲ ਸੇਲ ਵਾਲਾ ਤੁਹਾਨੂੰ ਪਤਾ ਟਰੈਕਟਰ 15 ਮਾਡਲ ਹੋਲੈਂਡ ਟਰੈਕਟਰ ਨਹੀਂ ਕਹਿੰਦਾ ਵੀ ਮੈਂ ਟਰੈਕਟਰ ਕਹਿੰਦਾ ਮੈਂ ਲਿਫਟ ਚੱਕਣੀ ਆ ਪਰ ਬਾਈ ਸੁਪਰ ਸੀਡਰ 'ਚ ਵਜਨ ਬਹੁਤ ਹੈ ਤੁਹਾਨੂੰ ਪਤਾ ਬਾਈ 11-12 ਕੁਇੰਟਲ ਵੇਟ ਆ 8 ਫੁੱਟੇ ਦਾ ਠੀਕ ਹੈ ਜੀ ਲਓ ਜੀ ਇਹ 8 ਫੁੱਟ ਆ ਬਾਈ ਇਹ ਆਪਾਂ ਨੇ ਛੱਡ ਕੇ ਆਉਣਾ ਅੱਜ ਠੀਕ ਹੈ ਅਤੇ ਵਧੀਆ ਬਾਈ ਉਹ ਗਏ ਹੋਏ ਆ ਬਾਈ ਟਰੈਕਟਰ ਦੇਖਣ ਲਓ ਜੀ ਸੱਬਾ ਬਾਈ ਤੋਂ ਬੈਠੇ ਹਾਂ ਰੋਕੀ ਮਾੜਾ ਰੋਕੀ ਬਾਈ ਉਤਰ ਜਾ ਬਸ ਉਤਰ ਜਾ ਅਬੇ ਉਤਰ ਜਾ ਉਤਰ ਜਾ ਲੈ ਬਾਈ ਤੁਹਾਡੇ ਕੋਲ 15 ਮਾਡਲ ਆ ਬਾਈ ਸੇਲ ਵਾਲਾ ਫਰੰਟ ਟਾਇਰ ਟਰੈਕਟਰ ਦੇ ਨਾਲ ਦੇ ਨੇ ਬਾਈ ਪਿਛਲੇ ਟਾਇਰ ਦੁਬਾਰਾ ਪਏ ਹੋਏ ਨਵੇਂ ਆਲ ਓਰੀਜਨਲ ਟਰੈਕਟਰ ਹੈ ਸਾਰੇ ਟਰੈਕਟਰ ਸੀਲ ਆ ਬਾਈ ਕੁਛ ਨਹੀਂ ਟਰੈਕਟਰ ਦਾ ਖੁੱਲਿਆ ਹੋਇਆ ਏ ਟੂ ਜੈੱਡ ਸਭ ਕੁਝ ਨਾਲ ਦਾ ਹੀ ਆ ਪਹਿਲੇ ਮਾਲਕ ਦਾ ਨਗਦ ਕੈਸ਼ ਦਾ ਟਰੈਕਟਰ ਹੈ ਕਿਸੇ ਨੇ ਕੋਈ ਲੈਣਾ ਹੋਇਆ 36-30 ਲੈਣ ਦਾ ਚਾਹਵਾਨ ਤਾਂ ਟਰੈਕਟਰ ਦੇਖ ਲਿਓ ਬਾਈ ਪੂਰਾ ਕੋਕਾ 20 ਟਰੈਕਟਰ ਹੈ ਠੀਕ ਹੈ ਜੀ ਹਾਂ ਵੀਰੇ ਉਹ ਬੁਰੇ ਭਜਨ ਪਿਆ ਪਾਉਣਾ ਬਾਈ ਰੋਪੜ ਮੀਂਹ ਉਤਰਨਾ ਸ਼ੁਰੂ ਹੋ ਗਿਆ ਫਿਰ ਦੁਬਾਰਾ ਕੱਲ੍ਹ ਵੀ ਮੀਂਹ ਪਿਆ ਸਵੇਰੇ ਹੁਣ ਫਿਰ ਮੀਂਹ ਆ ਗਿਆ ਬਾਈ ਅਤੇ ਚੱਲੀ ਆਪਾਂ ਟਾਈਮ ਨਾਲ ਘਰ ਨੂੰ ਬਾਈ ਬਾਕੀ ਕਿਸੇ ਵੀਰ ਨੇ ਕੋਈ ਵੀ ਪੁਰਾਣਾ ਟਰੈਕਟਰ ਬਾਈ ਸੇਲ ਪਰਚੇਸ ਕਰਨਾ ਹੁੰਦਾ ਤਾਂ ਜ਼ਰੂਰ ਕੰਟੈਕਟ ਕਰਿਆ ਕਰੋ ਅਤੇ ਨੰਬਰ ਸਭ ਨੂੰ ਪਤਾ ਹੀ ਆਪਣਾ ਵੈਸੇ ਅਸੀਂ ਨੰਬਰ ਮੈਂਸ਼ਨ ਕਰ ਦਿਉਂਦੇ ਸਕਰੀਨ ਦੇ ਥੱਲੇ ਅਤੇ ਏਜੰਸੀਆਂ ਵਾਲੇ ਤਾਂ ਬਾਈ ਚਲੇ ਗਏ ਸਾਰੇ ਮੈਂ ਵੀ ਇੱਕ ਵੀਰ ਨੇ ਆਉਣਾ ਉਹਦੀ ਵੇਟ ਕਰ ਰਿਹਾ
ਤੇ ਠੀਕ ਹੈ ਜੀ, ਅੱਜ ਦੇ ਵਲੌਗ ਵਿੱਚ ਇੰਨਾ ਹੀ ਜੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਅਤੇ ਆਪਣੇ ਚੈਨਲ ਜੱਗੂ ਮਾਹਲ ਨੂੰ ਕਰ ਦਿਓ ਸਬਸਕ੍ਰਾਈਬ। ਅਤੇ ਬਾਕੀ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਆ, ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਆ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਬਾਈ। ਅਤੇ ਓਕੇ ਜੀ।